ਗੁਰੂ ਨਾਨਕ ਸਾਹਿਬ ਨੇ ਆਪਣੇ ਚਿੰਤਨ ਦੇ ਵਿੱਚ ਜਿਹੜੀ ਸਿਖਰ ਵਾਲੀ ਗੱਲ ਸਾਡੇ ਸਾਹਮਣੇ ਲਿਆਂਦੀ ਉਹ ਆਪਣੇ ਆਪ ਵਿੱਚ ਮਿਸਾਲ ਹੈ ਉਹ ਕਿਸੇ ਵੀ ਧਰਮ ਵਾਲੇ ਲਈ ਕਿਸੇ ਵੀ ਚੰਗਾ ਜੀਵਨ ਜਿਉਣ ਵਾਲੇ ਲਈ ਕਿਸੇ ਵੀ ਬੈਲੈਂਸਡ ਸੰਤੁਲਿਤ ਸਮਾਜ ਸਿਰਜਣ ਵਾਲੇ ਮਨੁੱਖ ਲਈ ਇੱਕ ਉਦਾਹਰਣ ਬਣ ਸਕਦਾ ਹੈ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਅਸੀਂ ਕੇਵਲ ਮੱਥਾ ਟੇਕ ਕੇ ਜਦੋਂ ਸਤਕਾਰ ਕਰਕੇ ਚਲੇ ਜਾਂਦੇ ਹਾਂ ਤਾਂ ਇੱਕ ਪਰਪਸ ਪੂਰਾ ਹੋ ਜਾਂਦਾ ਹੈ ਲੇਕਿਨ ਜੇ ਅਸੀਂ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਜੀਵਨ ਉੱਤੇ ਲਾਗੂ ਕਰਨਾ ਹੋਵੇ ਤਾਂ ਉਹਨਾਂ ਦੀ ਉਹਨਾਂ ਦੀ ਬਾਣੀ ਨੂੰ ਸਾਨੂੰ ਮੁੱਖ ਤੌਰ ਤੇ ਸਮਝਣਾ ਪਏਗਾ ਜਿਨ੍ਹਾਂ ਨੇ ਸਮਝਿਆ ਉਹਨਾਂ ਨੇ ਲਾਗੂ ਕੀਤਾ ਜਿਹੜੇ ਨੇ ਲਾਗੂ ਕੀਤਾ ਉਹਨਾਂ ਦਾ ਜੀਵਨ ਸਫਲ ਹੋਇਆ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਵੇਖਾਂਗੇ ਕਿ ਸਿੱਖ ਜਗਤ ਜਿਵੇਂ ਜਿਵੇਂ ਸਿੱਖ ਚਿੰਤਨ ਨੂੰ ਲਾਗੂ ਕਰੇਗਾ ਖਾਸ ਤੌਰ ਤੇ ਔਰਤ ਕਿਉਂਕਿ ਔਰਤ ਜ਼ਿੰਦਗੀ ਦੀ ਮਹਾਸ਼ਕਤੀ ਹੈ ਔਰਤ ਜ਼ਿੰਦਗੀ ਦੀ ਸਿਰਜਕ ਹੈ ਔਰਤ ਜ਼ਿੰਦਗੀ ਦੀ ਸੰਚਾਲਕ ਹੈ ਔਰਤ ਜ਼ਿੰਦਗੀ ਨੂੰ ਸੋਹਣੀ ਬਣਾਉਣ ਵਾਲੇ ਪਾਸੇ ਨੂੰ ਤੁਰ ਸਕਦੀ ਹੈ ਔਰਤ ਤੋਂ ਬਿਨਾ ਜਿਹੜੇ ਘਰ ਵਿੱਚ ਔਰਤ ਨਹੀਂ ਚਾਹੇਤੀ ਦੇ ਰੂਪ ਵਿੱਚ ਚਾਹੇ ਮਾਂ ਦੇ ਰੂਪ ਵਿੱਚ ਚਾਹੇ ਭੈਣ ਦੇ ਰੂਪ ਵਿੱਚ ਉੱਥੇ ਸਲੀਕਾ ਨਹੀਂ ਉੱਥੇ ਸੋਝ ਨਹੀਂ ਉੱਥੇ ਖੂਬਸੂਰਤੀ ਨਹੀਂ ਉੱਥੇ ਜੀ ਆਇਆਂ ਕਹਿਣ ਵਾਲਾ ਕੋਈ ਹੱਥ ਨਹੀਂ ਤੋਂ ਅਸੀਂ ਵੇਖ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਕਿਹਾ ਹੈ ਉਹ ਕਿੰਨਾ ਖੂਬਸੂਰਤ ਹੈ ਉਹ ਕੀ ਕਹਿ ਰਹੇ ਨੇ ਕਿ ਪੰਡ ਜਮੀਏ ਪੰਡ ਨਿਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੋਵਾ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾਨ ਇਹ ਤੋਂ ਅਗਲੀ ਗੱਲ ਇਹ ਤੋਂ ਬਹੁਤ ਵੱਡੀ ਹੈ ਕਿ ਖਿਆਲ ਸਿਖਰ ਹੈ ਖਿਆਲ ਦੀ ਉਹ ਜੀ ਤੀਸ ਨੂੰ ਕਿਸੇ ਨੇ ਨਹੀਂ ਕਿਸੇ ਚਿੰਤਨ ਨੇ ਨਹੀਂ ਸੋਇਆ ਬਹੁਤ ਸਾਰੇ ਚਿੰਤਨ ਨੇ ਸੰਸਾਰ ਦੇ ਵਿੱਚ ਗੁਰੂ ਸਾਹਿਬ ਨੇ ਕੀ ਕਿਹਾ ਪੰਡੂ ਹੀ ਪੰਡੂ ਪਜੈ ਪੰਡੇ ਬਾਝ ਨਾ ਕੋਏ ਨਾਨਕ ਪੰਡੇ ਬਾਹਰਾ ਇੱਕੋ ਸੱਚਾ ਸੋਇਆ ਕਿ ਔਰਤ ਵੀ ਔਰਤ ਦੇ ਪੇਟ ਤੋਂ ਹੀ ਜਨਮ ਲੈਂਦੀ ਹੈ ਔਰ ਨਾਲ ਨਾਲ ਇਹ ਵੀ ਕਿਹਾ ਉਹਨਾਂ ਨੇ ਕਿ ਕੇਵਲ ਅਕਾਲ ਪੁਰਖ ਹੀ ਔਰਤੀ ਕੋਖ ਤੋਂ ਜਨਮ ਨਹੀਂ ਲੈਂਦਾ ਬਾਕੀ ਸਾਰੀ ਸ੍ਰਿਸ਼ਟੀ ਸਾਰੇ ਮਨੁੱਖ ਜਿਹੜੇ ਨੇ ਚਾਹੇ ਔਰਤਾ ਨੇ ਮਰਦ ਨੇ ਮੇਲ ਨੇ ਫੀਮੇਲ ਨੇ ਉਹ ਸਾਰੇ ਔਰਤ ਦੀ ਕੋਖ ਤੋਂ ਹੀ ਜਨਮ ਲੈਂਦੇ ਨੇ ਜੇ ਅਸੀਂ ਪ੍ਰੈਕਟੀਕਲੀ ਸਿੱਖ ਇਤਿਹਾਸ ਵੱਲ ਵੇਖੀਏ ਤੇ ਸਿੱਖ ਚਿੰਤਨ ਦੇ ਉੱਤੇ ਜਿਨ੍ਹਾਂ ਨੇ ਪਹਿਰਾ ਦਿੱਤਾ ਉਹ ਉਹਨਾਂ ਔਰਤਾਂ ਦੀ ਮਹਾਨਤਾ ਸਾਡੇ ਸਾਹਮਣੇ ਬੜੀ ਨਿੱਖਰ ਕੇ ਸਾਹਮਣੇ ਆਉਂਦੀ ਹੈ ਮਿਸਾਲ ਦੇ ਵਜੋਂ ਅਸੀਂ ਇੱਕ ਔਰਤ ਦੀ ਅੱਜ ਗੱਲ ਕਰ ਸਕਦੇ ਹਾਂ ਜਿਹਨੇ ਸਿੱਖ ਚਿੰਤਨ ਨੂੰ ਤੇ ਅਸਲੀ ਅਰਥਾਂ ਵਿੱਚ ਪਹਿਰਾ ਦਿੱਤਾ ਹਕੀਕੀ ਅਰਥਾਂ ਵਿੱਚ ਪਹਿਰਾ ਦਿੱਤਾ ਜਿਹੜੀ ਮਰਦਾਂ ਲਈ ਵੀ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਆਈ ਔਰ ਜਿਸਨੇ ਇੱਕ ਵੰਗਾਰ ਪੇਸ਼ ਕੀਤੀ ਜਿਹਦੇ ਬਾਰੇ ਵਿੱਚ ਪਿਛਲੇ ਦਿਨਾਂ ਵਿੱਚ ਇੱਕ ਬਹੁਤ ਵੱਡਾ ਫੈਸਲਾ ਹੋਇਆ ਜਿਸ ਦੇ ਨਾਲ ਸਿੱਖ ਜਗਤ ਦਾ ਪੂਰੇ ਦਾ ਸਿਰ ਉੱਚਾ ਹੁੰਦਾ ਹੈ ਮੇਰੀ 임ਰਾਨ ਹੈ ਮਾਈ ਭਾਗੋ ਤੋਂ ਮਾਈ ਭਾਗੋ ਨੇ ਉਸ ਵੇਲੇ ਝੰਡੋੜਿਆ ਉਹਨਾਂ ਸਿੰਘਾਂ ਨੂੰ ਜਿਹੜੇ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਲਿਖ ਕੇ ਦੇ ਕੇ ਆਏ ਸੀ ਜਿਹੜੇ ਇਹ ਕਹਿ ਕੇ ਆਏ ਸੀ ਗੁਰੂ ਸਾਹਿਬ ਨੂੰ ਕਿ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਆਨੰਦਪੁਰ ਦੀ ਜਾਂਗਰੀ ਸਿਖਰ ਵੇਲੇ ਜਦੋਂ ਤਣਾਅ ਤੇ ਸੰਕਟ ਸਿਖਰ ਹਾਸਲ ਕਰ ਚੁੱਕੇ ਸੀ ਅੰਤਾਂ ਦਾ ਇੱਕ ਸਿਖਰ ਬਣ ਚੁੱਕਿਆ ਸੀ ਤਾਂ ਉਸ ਵੇਲੇ ਉਹ ਉਥੋਂ ਇਹ ਕਹਿ ਕੇ ਚਲੇ ਗਏ ਉਹ ਵਿਸ਼ੇਸ਼ ਤੌਰ ਤੇ ਮਾਝ ਦੇ ਇਲਾਕੇ ਦੇ ਸਿੰਘ ਸੀ ਜਦੋਂ ਆਪਣੇ ਪਿੰਡਾਂ ਚ ਪਹੁੰਚੇ ਮਾਈ ਭਾਗੋ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਹੋ ਜਿਹੇ ਸਿੰਘ ਆ ਤੁਸੀਂ ਘਰਾਂ ਨੂੰ ਸੰਭਾਲੋ ਤੁਸੀਂ ਚਰਖੇ ਕੱਤੋ ਤੁਸੀਂ ਆਹ ਚੂੜੀਆਂ ਪੈਣੋ ਤੇ ਇੱਥੇ ਬੈਠੋ ਅਸੀਂ ਜਾਨੀਏ ਗੁਰੂ ਦੇ ਅੰਗ ਸੰਗ ਹੋਣ ਲਈ ਅਸੀਂ ਜਾ ਰਹੀ ਐ ਗੁਰੂ ਦੇ ਨਾਲ ਨਿਭਣ ਲਈ ਅਸੀਂ ਜਾ ਰਹੀ ਐ ਉਸ ਗੁਰੂ ਦੇ ਲਈ ਲੜਨ ਲਈ ਜਿਸ ਗੁਰੂ ਦੇ ਵਡੇਰਿਆਂ ਨੇ ਔਰਤ ਦੀ ਇੱਜ਼ਤ ਦੀ ਗੱਲ ਕੀਤੀ ਐ ਤੋਂ ਸਾਰੇ ਸਿੰਘ ਉਹਦੀ ਇਸ ਬੰਗਾਰ ਦੇ ਪ੍ਰਭਾਵਿਤ ਹੋਏ ਨਾਲ ਗਏ ਮੁਕਸਰ ਦੇ ਇਲਾਕੇ ਦੇ ਵਿੱਚ ਖਿਦਰਾਣੇ ਦੀ ਟਾਬ ਦੇ ਉੱਤੇ ਗੁਰੂ ਗੋਬਿੰਦ ਸਿੰਘ ਨੂੰ ਜਾ ਕੇ ਮਿਲੇ ਮੁਗਲ ਫੌਜਾਂ ਉਹਨਾਂ ਨੂੰ ਘੇਰਾ ਪਾਉਣ ਲਈ ਆ ਰਹੀਆਂ ਸੀ ਉਥੇ ਮਾਈ ਭਾਗੋ ਨੇ ਅੱਗੇ ਹੋ ਕੇ ਸਭ ਤੋਂ ਲੜਾਈ ਲੜੀ ਔਰ ਉਸ ਲੜਾਈ ਦੇ ਵਿੱਚ ਮੁਗਲ ਫੌਜਾਂ ਨੂੰ ਜਿਤਨੀ ਮਿਲੀ ਉਹ ਪਿਆਸੇ ਮਰਦੇ 40 ਸਿੰਘਾਂ ਦਾ ਮੁਕਾਬਲਾ ਕਰਨ ਤੋਂ ਅਸਮਰੱਥ ਹੋ ਤੋਂ ਉਹਨਾਂ ਨੂੰ ਉਸੇ ਤਰ੍ਹਾਂ ਵਾਪਸ ਛੱਡ ਕੇ ਚਲੇ ਗਏ ਮਾਈ ਭਾਗੋ ਜੀਵਨ ਭਰ ਉਹਦੇ ਬਾਅਦ ਗੁਰੂ ਗੋਬਿੰਦ ਸਿੰਘ ਦੀ ਅੰਗ ਰਖੇਕ ਰਹੀ ਔਰ ਮਾਣ ਵਾਲੀ ਗੱਲ ਕੀ ਹੈ ਜਿਹੜੀ ਔਰਤ ਦਾ ਸਿਰ ਉੱਚਾ ਕਰ ਸਕਦੀ ਹੈ ਜਦੋਂ ਬੀਬੀਆਂ ਇਸ ਗੱਲ ਨੂੰ ਸਮਝਣ ਗਿਆ ਸੁਣਨ ਗਿਆ ਉਹਨਾਂ ਦੇ ਗਿਆਨ ਵਿੱਚ ਆਏਗਾ ਤੇ ਉਹ ਮਹਿਸੂਸ ਕਰਨ ਗਿਆ ਕਿ ਗੁਰ ਸੰਗਤ ਨੇ ਗੁਰੂ ਦੇ ਬਚਨਾਂ ਨੇ ਐਸੀਆਂ ਔਰਤਾਂ ਪੈਦਾ ਕੀਤੀਆਂ ਜਿਨ੍ਹਾਂ ਨੂੰ ਮਿਸਾਲ ਦੇ ਤੌਰ ਤੇ ਲਿਆ ਜਾ ਸਕਦਾ ਹੈ ਪਿਛਲੇ ਦਿਨਾਂ ਵਿੱਚ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਦੁਨੀਆ ਭਰ ਦੀਆਂ ਔਰਤਾਂ ਦਾ ਇੱਕ ਸਰਵੇਖਣ ਕੀਤਾ ਹੈ ਤੇ ਉਹਨਾਂ ਨੇ ਤਿੰਨ ਮਹਾਨ ਔਰਤਾਂ ਦੁਨੀਆ ਦੀਆਂ ਤਿੰਨ ਮਹਾਨ ਔਰਤਾਂ ਦੀ ਚੋਣ ਕੀਤੀ ਜਿਨ੍ਹਾਂ ਦੇ ਵਿੱਚ ਮਾਈ ਭਾਗੋ ਦਾ ਨਾਮ ਉਹਨਾਂ ਨੇ ਸਿਖਰ ਉੱਤੇ ਰੱਖਿਆ ਤੋਂ ਜਦੋਂ ਬ੍ਰਾਹਮਣਵਾਦੀ ਕਦਰਾਂ ਕੀਮਤਾਂ ਇਹ ਕਹਿੰਦੀਆਂ ਨੇ ਕਿ ਉਹ ਤਾਂ ਪਾਪ ਦਾ ਮੂਲ ਹੈ ਜਦੋਂ ਜੋਗੀ ਨਾਥ ਇਹ ਕਹਿੰਦੇ ਨੇ ਕਿ ਉਹ ਬਾਗਣ ਹੈ ਉਹ ਗੱਲ ਰੱਦ ਹੋ ਜਾਂਦੀ ਆ ਅਮਲੀ ਤੌਰ ਤੇ ਵੀ ਜਦੋਂ ਅਸੀਂ ਮਾਈ ਭਾਗੋ ਵਰਗੀਆਂ ਔਰਤਾਂ ਨੂੰ ਵੇਖਦੇ ਆ ਮਾਈ ਭਾਗੋ ਇੱਕ ਮਿਸਾਲ ਹੈ ਲੇਕਿਨ ਉਹਦੇ ਵਰਗੀਆਂ ਹੋਰ ਔਰਤਾਂ ਬੇਸ਼ਮਾਰ ਜਿਨ੍ਹਾਂ ਦਾ ਨਾਮ ਇੱਥੇ ਜ਼ਿਕਰ ਕਰੀਏ ਤੇ ਗੱਲ ਲੰਬੀ ਹੋ ਜਾਣੀ ਹੈ ਅਸੀਂ ਮਿਸਾਲੀ ਗੱਲ ਕਰਕੇ ਗੱਲ ਮਕਾਉਣੀ ਹੈ ਕਿ ਸਿੱਖ ਚਿੰਤਨ ਦੇ ਵਿੱਚ ਔਰਤ ਦਾ ਬਹੁਤ ਉੱਚਾ ਸਥਾਨ ਮਿਥਿਆ ਗਿਆ ਹੈ ਲੱਭਿਆ ਗਿਆ ਹੈ ਔਰ ਇਹ ਕਿਹਾ ਗਿਆ ਕਿ ਉਹ ਮਰਦ ਤੋਂ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਔਰ ਇਹ ਔਰਤ ਇਹ ਗੱਲ ਸਾਬਤ ਕਰ ਰਹੀ ਹੈ ਕਿ ਉਹ ਪਿੱਛੇ ਨਹੀਂ ਉਹ ਡਾਕਟਰ ਵਕੀਲ ਇੰਜੀਨੀਅਰ ਸਭ ਕੁਝ ਬਣ ਸਕਦੀ ਆ ਤੇ ਵਧੀਆ ਮਨੁੱਖ ਵੀ ਬਣ ਸਕਦੀ ਆ ਵਧੀਆ ਹਿਊਮਨ ਬੀਇੰਗ ਵੀ ਬਣ ਸਕਦੀ ਆ ਜੋ ਸੇਵਾ ਦੀ ਭਾਵਨਾ ਉਸ ਦੇ ਚਿੱਤ ਵਿੱਚ ਹੈ ਹਰ ਵੇਲੇ ਮਾਂ ਦੇ ਰੂਪ ਵਿੱਚ ਭੈਣ ਦੇ ਰੂਪ ਵਿੱਚ ਕਿਸੇ ਦੂਜੇ ਵਿੱਚ ਨਹੀਂ ਹੋ ਸਕਦੀ ਇੱਕ ਵਾਰੀ ਫੇਰ ਮੈਂ ਕਹਾंगा ਕਿ ਔਰਤ ਜ਼ਿੰਦਗੀ ਦਾ ਮਾਣ ਹੈ ਜ਼ਿੰਦਗੀ ਦੀ ਜਾਨ ਹੈ ਉਹਦੀ ਸ਼ਾਨ ਹੈ ਔਰ ਉਹਦੀ ਖੂਬਸੂਰਤੀ ਦਾ ਹਿੱਸਾ ਹੈ ਤੇ ਗ੍ਰਿਸ਼ਟ ਦਾ ਬਹੁਤ ਵੱਡਾ ਇੱਕ ਮਾਣਯੋਗ ਭਾਗ ਹੈ ਔਰ ਉਸ ਨੂੰ ਜਿੰਨਾ ਉੱਚਾ ਦਰਜਾ ਦਿੱਤਾ ਜਾਵੇ ਉਹ ਚੰਗੀ ਗੱਲ ਹੈ ਤੇ ਇਹ ਉੱਚਾ ਦਰਜਾ ਦੇਣ ਲਈ ਸਾਨੂੰ ਪ੍ਰੇਰਿਤ ਕਰਦਾ ਹੈ ਸਿੱਖ ਚਿੰਤਨ ਗੁਰਮੁਖ ਚਿੰਤਨ ਗੁਰਮੁਖ ਚਿੰਤਨ ਜਿਨ੍ਹਾਂ ਇੱਕ ਨਵੇਂ ਸਮਾਜ ਦੀ ਸਿਰਜਣਾ ਲਈ ਕਦਮ ਚੁੱਕਿਆ ਜਿਨ੍ਹਾਂ जात-पात रहत धर्म रह धर्म ਤੋਂ ਜਿਹੜਾ ਖੂਬਸੂਰਤ ਧਰਮ ਦੀ ਗੱਲ ਬਨੌਟੀ ਧਰਮ ਹੈ ਜਿਹੜਾ ਉਹਦੇ ਤੋਂ ਰਹਿਤੀ ਜਿਹੜਾ ਪਖੰਡੀ ਧਰਮ ਸੀ ਉਹਦੇ ਤੋਂ ਮੁਕਤੀ ਦੀ ਗੱਲ ਕੀਤੀ ਹੈ ਖਾਸ ਤੌਰ ਤੇ ਔਰਤ ਦੇ ਸੰਬੰਧ ਵਿੱਚ ਕਿਉਂਕਿ ਔਰਤ ਦੁਨੀਆ ਦਾ ਅੱਧਾ ਹੈ ਸੰਸਾਰ ਦਾ ਅੱਧਾ ਹੈ ਇਹਨਾਂ ਸ਼ਬਦਾਂ ਨਾਲ ਇੱਕ ਵਾਰੀ ਫਿਰ ਆਪ ਜੀ ਦਾ ਸ਼ੁਕਰੀਆ ਕਰਦਾ ਸਰੋਤਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ